ਐਵਰੀਵਨ ਸਿੰਸ ਆਲ ਦ ਟਾਈਮਸ ਤੋਂ ਮੈਂ ਹਾਂ ਕੋਮਲ ਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ ਬਹੁਤ ਸਾਰੀਆਂ ਤੇ ਨਾਲ ਦੀ ਨਾਲ ਲੈ ਕੇ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਪਬਲਿਕ ਮਸਤੀ। ਪਬਲਿਕ ਮਸਤੀ ਵਿੱਚ ਗੱਲਾਂ ਕਰਾਂਗੇ ਜੀ ਕੁਝ ਖਾਸ ਟੌਪਿਕ ਲੈ ਕੇ। ਪਹਿਲਾ ਟੌਪਿਕ ਇਹ ਹੋਏਗਾ ਕਿ ਪਾਣੀ ਅਸੀਂ ਕਿਵੇਂ ਸੇਵ ਕਰ ਸਕਦੇ ਹਾਂ, ਪਾਣੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ। ਮਸਤੀ ਦੇ ਵਿੱਚ ਕੁਝ ਖਾਸ ਗੱਲਾਂ ਵੀ ਹੋਣਗੀਆਂ, ਨਾਲ ਦੀ ਨਾਲ ਅਸੀਂ ਲੋਕਾਂ ਨੂੰ ਅਵੇਅਰ ਵੀ ਕਰਾਂਗੇ। ਆਓ ਫੇ ਕਰਦੇ ਹਾਂ ਗੱਲਾਂ ਦੈਨ ਦੈਨ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਜਿੱਥੇ ਵੀ ਲੇਡੀਜ਼ ਹੋਣ ਨਾ ਉੱਥੇ ਗੋਸਿਪ ਜ਼ਰੂਰ ਹੁੰਦੀ ਹੈ, ਚੁਗਲੀਆਂ ਜ਼ਰੂਰ ਹੁੰਦੀਆਂ, ਗੱਲਾਂ ਜ਼ਰੂਰ ਹੁੰਦੀਆਂ। ਪਰ ਅੱਜ ਅਸੀਂ ਦੇਖਦੇ ਹਾਂ ਕਿ ਮੈਮ ਸਾਡੇ ਆਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਕਰ ਰਹੇ ਸੀ? ਐਡਮਿਸ਼ਨਸ ਰਿਗਾਰਡਿੰਗ ਐਡਮਿਸ਼ਨਸ ਤੇ ਇਧਰ ਉਧਰ ਦੀਆਂ ਚੁਗਲੀਆਂ। ਚੁਗਲੀਆਂ ਕਿਹੜੀਆਂ ਕਰ ਰਹੇ ਸੀ? ਚੁਗਲੀਆਂ ਲਾਲ ਚੁੜੇ ਵਾਲੀਏ ਨੀ, ਲਾਲ ਚੁੜੇ ਵਾਲੀਏ। ਪਹਿਲੇ ਮੈਨੂੰ ਇਹ ਦੱਸੋ ਕਿ ਮੈਰਿਜ ਕਦੋਂ ਹੋਈ ਹੈ? ਫੈਬ। ਓਕੇ, ਮੈਰਿਜ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿੰਨੇ ਕੁ ਹੈਪੀ ਹੋ? ਬਹੁਤ ਬਹੁਤ ਖੁਸ਼ ਹੂੰ, ਸੱਚੀ ਬਹੁਤ। ਕਹਿੰਦੇ ਹੁੰਦੇ ਨੇ ਕਿ ਵਿਆਹ ਦਾ ਲੱਡੂ ਜੋ ਖਾਵੇ ਉਹ ਵੀ ਪਛਤਾਵੇ, ਜੋ ਨਾ ਖਾਵੇ ਉਹ ਵੀ ਪਛਤਾਵੇ। ਖਾ ਲੈਣਾ ਚਾਹੀਦਾ, ਥੋੜ੍ਹਾ ਥੋੜ੍ਹਾ ਪਛਤਾ ਲੈਣਾ ਚਾਹੀਦਾ। ਸੋ ਮੈਮ ਗੱਲਬਾਤ ਕਰਦੇ ਹਾਂ, ਜਦੋਂ ਅਸੀਂ ਸਾਡੀ ਅੱਲੜ ਉਮਰ ਹੁੰਦੀ ਹੈ ਘਰ ਦੇ ਵਿੱਚ, ਆਪਾਂ ਬਹੁਤ ਮਸਤੀ ਕਰਦੇ ਹਾਂ, ਪਾਣੀ ਚਲਾਈ ਰੱਖਦੇ ਹਾਂ, ਟੂਟੀ ਚਲਾਈ ਰੱਖਦੇ ਹਾਂ, ਵੇਸਟ ਜਾਂਦਾ ਰਹਿੰਦਾ, ਪਾਣੀ ਦੀ ਅਸੀਂ ਸੰਭਾਲ ਕਿਵੇਂ ਕਰ ਸਕਦੇ ਹਾਂ? ਮੈਮ, ਪਾਣੀ ਦੀ ਸੰਭਾਲ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਬਾਰਿਸ਼ ਦਾ ਪਾਣੀ ਲੋਕ ਸੇਵ ਕਰਦੇ ਨੇ, ਔਰ ਜੋ ਵੇਸਟ ਪਾਣੀ ਹੈ ਜਿੱਦਾਂ ਕਿ ਅਸੀਂ ਫਿਲਟਰ ਲਗਵਾਉਂਦੇ ਹਾਂ ਘਰ, ਉਹ ਪਾਣੀ ਜੋ ਹੈ ਅਸੀਂ ਸੇਵ ਕਰਕੇ ਉਹਦੇ ਨਾਲ ਜਿਵੇਂ ਬਰਤਨ ਸਾਫ਼ ਹੋ ਗਏ, ਕੱਪੜੇ ਸਾਫ਼ ਹੋ ਗਏ, ਪੋਚੇ ਲਗਾ ਲਏ, ਤਾਂ ਇੱਦਾਂ ਆਪਾਂ ਉਹਨਾਂ ਨੂੰ ਸੇਵ ਕਰ ਸਕਦੇ ਹਾਂ। ਬਾਰਿਸ਼ ਦੇ ਪਾਣੀ ਨੂੰ ਸੇਵ ਕਰਕੇ ਉਹਦੇ ਨਾਲ ਵੀ ਇਹ ਕੰਮ ਕਰ ਸਕਦੇ ਹਾਂ, ਜੋ ਖਾਣ ਪੀਣ ਵਾਸਤੇ ਜੋ ਪਾਣੀ ਹੈ ਉਹ ਫਿਲਟਰ ਵਾਲਾ ਜੋ ਕਿ ਅਸੀਂ ਯੂਜ਼ ਕਰ ਰਹੇ ਹਾਂ ਖਾਣ ਵਾਸਤੇ, ਬਾਕੀ ਪਾਣੀ ਨੂੰ ਜੋ ਕਿ ਜਿੱਦਾਂ ਬਰਤਨ ਵਗੈਰਾ ਕਰ ਲਏ ਹੈ, ਪੋਚੇ ਲਗਾ ਲਏ, ਉਹ ਪਾਣੀ ਅਸੀਂ ਜਿਵੇਂ ਮਿੱਟੀ ਵਗੈਰਾ ਹੈ ਸਾਡੇ ਪੌਦੇ ਵਗੈਰਾ ਬਾਹਰ ਹੈਗੇ ਨੇ, ਠੀਕ ਹੈ, ਉਹਦੇ 'ਚ ਕੁਛ ਜਿਹੜੇ ਪਾਣੀ ਹੈ ਜਿੱਦਾਂ ਕਿ ਸਿਰਫ ਬਰਤਨ ਲਈ ਕੀਤੇ ਗਏ ਆ, ਸਾਫ਼ ਬਰਤਨ ਕਰ ਲਏ ਹੈ, ਸਰਫ ਨਹੀਂ ਹੈ ਉਹਨਾਂ ਵਿੱਚ, ਤਾਂ ਉਹ ਅਸੀਂ ਪੌਦਿਆਂ ਨੂੰ ਵੀ ਪਾ ਸਕਦੇ ਹਾਂ ਬਾਹਰ, ਗਲੀ ਵਗੈਰਾ ਅਗਰ ਸਾਫ਼ ਕਰਨੀ ਹੋਏ ਜਾਂ ਫਿਰ ਕੁਛ ਸਾਡੇ ਮਿੱਟੀ ਵਗੈਰਾ ਜ਼ਿਆਦਾ ਹੈ ਤਾਂ ਉੱਥੇ ਉਹ ਯੂਜ਼ ਕਰ ਸਕਦੇ ਹਾਂ। ਜਿੰਨਾ ਵੀ ਹੋ ਸਕੇ ਇਹਨਾਂ ਨੂੰ ਸੇਵ ਕੀਤਾ ਜਾਏ, ਔਰ ਬੱਚਿਆਂ ਨੂੰ ਇਹਨਾਂ ਬਾਰੇ ਦੱਸਿਆ ਜਾਏ, ਪੌਦੇ ਵਗੈਰਾ ਜ਼ਿਆਦਾ ਲਗਾਏ ਜਾਣ ਤਾਂ ਕਿ ਮੌਸਮ ਠੀਕ ਰਹੇ, ਗਰਮੀ ਉਹਦੇ ਨਾਲ ਘੱਟ ਹੋ ਜਾਏਗੀ, ਔਰ ਪਾਣੀ ਵਗੈਰਾ ਉਹਦੇ ਤੋਂ ਸਾਨੂੰ ਐਡਜਸਟ ਕਰਨ 'ਚ ਹੈਲਪ ਹੋ ਜਾਏਗੀ। ਕਿਆ ਬਾਤ ਹੈ ਜੀ, ਮੈਂ ਗੱਲ ਕੀਤੀ ਸੀ ਟੌਪਿਕ ਪਾਣੀ 'ਤੇ ਕਿ ਜਦੋਂ ਚਾਰ ਲੇਡੀਜ਼ ਖੜੀਆਂ ਹੋਣ ਅਤੇ ਚੁਗਲੀਆਂ ਕਰਦੀਆਂ, ਨਹੀਂ ਜਿੱਥੇ ਟੀਚਰਸ ਖੜ੍ਹੇ ਹੋਣ ਉੱਥੇ ਬਹੁਤ ਜ਼ਿਆਦਾ ਨੌਲੇਜਬਲ ਗੱਲਾਂ ਵੀ ਹੁੰਦੀਆਂ ਨੇ। ਮੈਮ ਤੁਸੀਂ ਕੀ ਕਹਿਣਾ ਚਾਹੋਗੇ, ਪਾਣੀ ਨੂੰ ਅਸੀਂ ਕਿਵੇਂ ਸੰਭਾਲ ਸਕਦੇ ਹਾਂ? ਇੱਕ ਤਾਂ ਆਰ ਓ ਵਾਲਾ ਵੇਸਟ ਵਾਟਰ ਹੈ, ਉਹਨੂੰ ਬਹੁਤ ਜਗ੍ਹਾ 'ਤੇ ਯੂਟੀਲਾਈਜ਼ ਕਰ ਸਕਦੇ ਹਾਂ ਆਪਾਂ, ਠੀਕ। ਔਰ ਆਪਾਂ ਨੂੰ ਗੱਡੀ ਵਾਸ਼ ਕਰਨ ਲਈ ਜਾਂ ਐਕਟਿਵਾ ਵਾਸ਼ ਕਰਨ ਲਈ ਪਾਈਪ ਦੀ ਬਜਾਏ ਬਕਟ ਯੂਜ਼ ਕਰਨੀ ਚਾਹੀਦੀ ਹੈ, ਠੀਕ ਹੈ। ਈਵਨ ਗਮਲਿਆਂ ਨੂੰ ਵੀ ਵਾਟਰਿੰਗ ਕਰਨੀ ਹੈ ਅਤੇ ਉਹਦੇ ਲਈ ਘੱਟ ਤੋਂ ਘੱਟ ਪਾਣੀ ਯੂਜ਼ ਕੀਤਾ। ਪਾਣੀ ਨਾ ਮਸਤੀ ਨੂੰ ਬੋਲ ਦਿੱਤਾ ਜਾਏ ਕਿ ਟੈਪ ਬੰਦ ਕਰਕੇ ਬਰਤਨ ਧੋਏ, ਜੋ ਕਿ ਉਹ ਖੁੱਲ੍ਹੀ ਛੱਡ ਕੇ ਬਰਤਨ ਧੋਂਦੀ ਹੈ, ਉਹ ਉਹਦੇ 'ਤੇ ਡੰਡਾ ਲਗਾਉਣਾ ਚਾਹੀਦਾ, ਬਿਲਕੁਲ ਸਭ ਤੋਂ ਜ਼ਿਆਦਾ ਵੇਸਟੇਜ ਆਫ ਵਾਟਰ ਉਹ ਕਰਦੀ ਹੈ। ਅਤੇ ਜੇ ਪਾਣੀ ਨਾਲ ਮਸਤੀ ਕਰਨੀ ਹੋਏ ਤਾਂ ਫਿਰ ਮਸਤੀ ਕਿਵੇਂ ਕਰਦੇ? ਫਿਰ ਇੱਕ ਬਕਟ 'ਚ ਭਰ ਕੇ ਉਹਦੇ ਨਾਲ ਕਰ ਲਓ, ਇੱਕ ਟੱਪ ਛੋਟਾ ਜਿਹਾ ਭਰ ਕੇ ਜੋ ਮਸਤੀ ਕਰਨੀ ਕਰ ਲਓ, ਟੈਪ ਛੱਡ ਕੇ ਨਹੀਂ ਕਰੋ। ਲੇਕਿਨ ਅੱਛਾ ਮੈਮ, ਤੁਹਾਡੇ ਨਾਲ ਕਰਨੀ ਚਾਹਾਂਗੇ ਗੱਲ, ਕੀ ਕਹਿਣਾ ਚਾਹੋਗੇ ਜੀ? ਇੱਕ ਤੋਂ ਜਬ ਹਮਾਰੀ ਥੋੜ੍ਹੀ ਸੀ ਹੈਬਿਟਸ ਬਹੁਤ ਗੰਦੀ ਹੈ, ਜੈਸੇ ਸੁਬਹ ਬਰਸ਼ ਕਰਤੇ ਹੈ, ਮੈਕਸੀਮਮ ਲੋਕ ਟੈਪ ਓਪਨ ਕਰਕੇ ਬਰਸ਼ ਕਰਤੇ ਹੈ, ਤੋ ਬਰਸ਼ ਕਰਤੇ ਟਾਈਮ ਟੈਪ ਔਫ ਰੱਖੇ, ਔਰ ਇਨਸਟੈਡ ਆਫ ਯੂਜ਼ਿੰਗ ਸ਼ਾਰਸ ਵੋ ਬਕਟ ਔਰ ਮੱਗ ਕੇ ਸਾਥ ਹੀ ਨਹਾਏ, ਔਰ ਜੋ ਮੇਡਸ ਹੈ ਜੈਸੇ ਮੈਮ ਨੇ ਬੋਲਿਆ ਵੋ ਵੀ ਪਾਣੀ ਓਪਨ ਕਰਕੇ, ਮੈਂ ਟੈਪ ਓਪਨ ਨਹੀਂ ਕਰਨੀ ਹੈ, ਆਪ ਸਿੰਪਲੀ ਸਟੋਰ ਕਰਕੇ ਉਸਕੋ ਯੂਟੀਲਾਈਜ਼ ਕਰ ਸਕਦੇ ਹੋ ਅੱਗੇ, ਔਰ ਸੇਵ ਕਰਨੇ ਕੇ ਲਈ ਆਰ ਓ ਵਾਟਰ ਜੋ ਆਪਕੀ ਵੇਸਟੇਜ ਹੋਤੀ ਹੈ ਉਸਕਾ ਪਾਣੀ ਆਪ ਇੱਕ ਬਕਟ ਲਗਾ ਲੇ, ਬਕਟ ਕੇ ਸਾ ਉਸੀ ਬਕਟ ਮੇ ਜੋ ਪਾਣੀ ਸਟੋਰਡ ਹੈ ਉਸਸੇ ਆਪ ਘਰ ਕੀ ਸਫਾਈ ਕਰ ਲੋ, ਔਰ ਈਵਨ ਹਮ ਕਿਆ ਕਰਤੇ ਹੈ ਉਸਸੇ ਕੱਪੜੇ ਵੀ ਵਾਸ਼ ਕਰ ਲੇਤੇ ਹੈ, ਠੀਕ ਹੈ, ਔਰ ਜੋ ਪੋਚੇ ਵਗੈਰਾ ਹਮ ਮਾਰਤੇ ਹੈ ਕੁਛ ਕਰਤੇ ਹੈ ਉਸਕਾ ਵਾਟਰ ਇਨਸਟੈਡ ਆਫ ਥਰੋਇੰਗ ਉਸਕਾ ਹਮ ਬਾਹਰ ਮਤਲਬ ਕਹੀਂ ਔਰ ਯੂਟੀਲਾਈਜ਼ ਕਰ ਲੇ, ਮਤਲਬ ਪਾਣੀ ਕੋ ਰੀਯੂਜ਼ ਕਰਤੇ ਰਹੋ। ਔਰ ਮੇਰੇ ਅਕੋਰਡਿੰਗਲੀ ਜੈਸੇ ਅੱਜ ਕੱਲ੍ਹ ਸਮਰਸ ਕੇ ਲੀਏ ਵੋ
पूल्स वगैरह का ये होता है वो उससे भी थोड़ा सा वेस्टेज होता है, बट ये है कि अगर वी आर यूजिंग वो बाथिंग टब या कुछ यूज़ कर रहे हैं वो वाला पानी फेंकने के बजाय वो भी रीयूज कर लिया जाए जी। तो ये कुछ स्टेप्स हैं जिसके साथ हम पानी सेव कर सकते हैं जी। तो एक बार क्या पब्लिक मस्ती पब्लिक मस्ती हाँ जी दोनों ना इकट्ठे पब्लिक मस्ती पब्लिक मस्ती निर्मल ओके असि गल बात करते हैं सा एक प्रोग्राम है पब्लिक मस्ती फर्स्ट ऑफ ऑल तिना ने बोलना ओए होए 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 पब्लिक मस्ती वैल मस्ती के टॉपिक भी रखा है कि पानी नूं असीं किवें सेव कर सकते हैं पानी की संभाल किवें कर सकते हैं बिकॉज आने वाली जिहड़ी पीढ़ी है आने वाली जनरेशन मैनूं लगता है कि पानी की बूंद बूंद तो भी तरस जाएगी तो किद्दां पानी नूं संभाल करदे हां। वैसे मैम पानी जड़ा कि कुदरत वालों सानू दिता गया ठीक है पानी नाल असी अपने मुढ़ली चीज़ों जड़ी आ वह कर सकते हैं जिदा पानी सानू सेहत वास्ते बहुत जरूरी है जड़ा कि सानू कहिंदे 2 लीटर पानी जरूर पीना चाहिए ठीक है जदों आप क्लीनिंग ले वॉशिंग ले भी पानी यूज़ करते हैं तो वो लिमिट विच ही वरतों करनी चाहिए है सानू ठीक है और जिदा आप कपड़े धोने लिए जो पानी यूज़ करना वो भी सानू जड़ी अब वैसे ऑटोमैटिक मशीन आ गई तो ऑलरेडी उहदे विच पानी घट यूज़ हुंदा ते कुकिंग लई भी आपां नूं पानी उहदे अकॉर्डिंग ही करना चाहिए यूज़ जी। हाँ जी तुसीं की कहना चाहोगे जी। मैम पानी जिहड़ा है वह साडे लई मतलब बहुत इंपॉर्टेंट आ क्योंकि पानी तो बिना जिहड़ी आ लाइफ जिहड़ी आ साडी नहीं चल सकदी। तुसीं देखिआ होणा कि जदों कि अपने कोई शॉर्टेज आ जांदी है पानी दी कई बार जदों आपां नूं कोई किसे दिन जदों पानी नहीं आंदा तो सारा दिन जिद्दां पानी तो बिना रहना बहुत मुश्किल हो जाता है तो इस करके सानूं पानी नूं जिहड़ा है ना उहदी मतलब सही तरीके नाल यूज़ करना चाहिए वेस्ट नहीं करना चाहिए कोई टैब्स वगैरह आपां नूं खुल्लियां नहीं छड्डनियां चाहीदियां ठीक है जदों जरूरत जिन्नी भी होए ना उन्ना ही पानी जिहड़ी है वरतों करनी चाहिए है बाकी जिहड़ा आपां वेस्ट पानी छड़ते हैं जिदा हम कोई आप वॉशिंग पानी यूज करते हैं वो वेस्ट नहीं पानी करना चाहिए जिन्ना यूज करना बस उन्ना की वरतों से लिया चाहिए सू। हाँ जी थोड़ा की कहना है जी असं सब तो पहला तो गीत सुनेंगे पानी का केड़ा गीत हो सकता है पानी दे पानी दिया छल्ला होवन तू होवे मैं होवां पानी दिया छल्ला होवन तू होवे मैं होवां कुछ गल्ला तू करे कुछ गल्ला मैं करा मुक्के ना साडी गलबात पानी दिया छल्ला होवन तू होवे मैं होवां की कहना चाहोगे जी पानी वास्ते। मैम पानी वाकई साडी जिंदगी विच बहुत ज़्यादा जरूरी है पानी तो बिना असी कुछ भी नहीं आ क्योंकि तकरीबन आप सारे देखते हैं जो लाइट ऑफ होंदी है पानी नहीं आता तो साडे वर्गों को बहुत ज़्यादा दिक्कत हो जाती है अजकल आप न्यूज़पेपर विच भी देखते हैं कि लेडी सारी इकट्ठिया हो जाती है जो पानी नहीं आता जिदा अगर कुछ पानी की साडी जिंदगी विच इन्नी ज़्यादा महत्ता है कि अगर जिदा अजकल आप देखते हैं कि गंदा पानी अगर आता पाया भी मतलब उन्नी ज़्यादा होंगी है कि सारा मतलब सारा महल वाले ज्यादा भी वो इकट्ठे हो जाते हैं क्योंकि गंदे पानी ने सारे बीमारियां इन हो जाए ने तो उ फिर सू दसया जाता है कि पानी अगर आ रहा उन्होंने बोयल करके रखो कि मतलब साडी जिंदगी इन्ना ज़्यादा जरूरी है तो उन्होंने मैम जिन्ना आप हो सके उन्ना सू सेव करना चाहिए कि आने वाली पीढ़ी लिए सा मतलब उन्होंने ए ना हो कि पानी लिए तरसन आप कितने भी गली जाने पे जिदा भी जिते आप जरूरी नहीं है कि वह साड़ी गली है या नहीं सा महला है या जिथे भी आप पानी नू वेस्ट होंगे देखते पे उत्थे सानू टूटी बंद कर देनी चाहिए है तो पानी की वाकई साड़ी जिंदगी विच बहुत ज़्यादा जरूरत है। पानी की बहुत महत्ता है पानी की जिनी तुम देख संभाल कर सकते हो उन्ना ही बहुत वधिया गल है और आने वाली पीढ़ी लई असी की छड़ के जा रहे हाँ ये तुसी लोग समझदार हो। दूसरी गल है पंजाबी पढ़ो पंजाबी सीखो ते पंजाबी नू अहमियत दवो थोड़ा अपना प्रोग्राम वन एंड ओनली पब्लिक मस्ती आओ जी किसी होर ना भी करते हैं गलबात कि उन्हों का की कहना है पानी की संभाल वास्ते। सो साडे नाल सीनियर परसन जुड़े ने सब तो पहला तो कहें कि कोई भी काम करना हो वड्डे दा आशीर्वाद लैके शुरू करना चाहिए हमेशा वह काम तरक्कियां ते हुंदा है। सत श्री अकाल जी। सत श्री अकाल मैडम। की नाम है जी थोड़ा? मेरा नाम गुरमीत कौर है जी। जी आंटी जी ये दसो कि असीं पानी नूं कैसे संभाल सकते हैं?
मैडम मैं कई बार सोचती भी हाँ कि पानी वेस्ट बहुत हो रहा तो मैं जो आप पानी संभाल दी पर किसी ने कह तो कहने हूँ तो निकल निकल गल सोची दी चलन दो इदा ही मैं नहीं इधर ना चलन दो मैं तो थले टप रख लैनी टूटी से भांडे साफ कर दी और पानी बाल्टी पा लेनी है फिर दोबारा एक पानी फिर भांडे साफ कर लेनी है हाँ जी मैं तो इस तरह पानी संभाल करती हाँ तो बाकी कोई कहना नहीं बनता मैं कह के वेख्या गई हाँ उपर मेरे बारिश आवे तो मेरे बाल्टियां पानी ना भर जाए वह मैं वेड़ा वेड़ा साफ कर लेनी सारा क्या बात है तो जे बच भी जाए तो गमले च पा लेनी जी इसलिए कहते हैं सियाने के कोल बैठा करो चंगी मत लिया करो ये थोड़े भी फायदे लिए है तो साढ़े भी फायदे लिए है तो आओ फिर किसी और भी करते हैं गलबात की नाम है जी थोड़ा मेरा नाम रविंद्र कुमार है जी रविंद्र जी की कहना चाहोगे पानी लिए पानी लिए मैं यही कहना चाहता कि आने वाले समय के पानी की बहुत बड़ी समस्या हो सकती है जो आप संभाल के ना चलेंगे क्योंकि मैं देखा कि थोड़े दिन पिछले रिपोर्ट आई थी बाहरले देश में पानी की इन्नी किल्लत है कि उत्थे 80-90 रुपए लीटर पानी मिल रहा है इस करके कि सानू पानी की वरतों हमेशा संभाल के करनी चाहिए है आने वाले समय के बहुत बड़ी समस्या हो सकती है यही बस मैं कहना चाहता तुम थैंक यू जी साडा प्रोग्राम है पब्लिक मस्ती एक बार बोलो जी पब्लिक मस्ती पब्लिक मस्ती तो बने रहो पब्लिक मस्ती के तो करेंगे मस्ती तो नाल दी नाल होगा अलग अलग टॉपिक तो इस टॉपिक पर भी करेंगे गल्लां तो लोगों को भी करेंगे अवेयर तो हमेशा बने रहो दी सेंट्स ऑफ द टाइम जी थोड़ा अपना प्रोग्राम पब्लिक मस्ती